ਭਰਾ ਨੂੰ ਭੈਣ ਤੇ ਹੋਇਆ ਸ਼ੱਕ ਤੇ ਭੈਣ ਦੀ ਹੋਈ ਹੱਤਿਆ। ਤੁਹਾਡੀ ਭੈਣ ਘਰ ਵਾਲੇ ਨੂੰ ਘਰ ਵਾਲੀ ਤੇ ਹੋਇਆ ਸ਼ੱਕ ਤੇ ਦੋਨਾਂ ਦਾ ਹੋਇਆ ਤਲਾਕ। ਸੁਣਨ ਚ ਆਇਆ ਘਰ ਵਾਲੀ ਦੀ ਸੀ ਨੌਕਰ ਨਾਲ ਨਜਾਇਜ਼ ਸੰਬੰਧ। ਅੱਲੋ ਚਾ ਕਦੇ ਚੱਜ ਦੀਆਂ ਖਬਰਾਂ ਵੀ ਪੜ੍ਹ ਲਿਆ ਕਰੋ, ਸਾਰਾ ਦਿਨ ਇਹੀ ਖਬਰਾਂ ਪੜ੍ਹਦੇ ਰਹਿੰਦੇ ਹੋ। ਉਹ ਯੂਟਿਊਬ ਖੋਲਾਂ ਤਾਂ ਇਹ ਖਬਰਾਂ ਹੁੰਦੀਆਂ ਨੇ, ਟੀਵੀ 'ਚ ਵੀ ਇਹੀ ਖਬਰਾਂ ਚੱਲਦੀਆਂ ਨੇ, ਅਖਬਾਰਾਂ 'ਚ ਹੈਡਲਾਈਨ ਬਣੀ ਪਈ ਹੁੰਦੀ ਆ। ਅੱਜ ਕੱਲ੍ਹ ਤਾਂ ਸਾਰੇ ਪਾਸੇ ਸ਼ੱਕ ਸ਼ੱਕ ਹੋਇਆ ਪਿਆ। ਆ ਗੱਲਾਂ ਛੱਡੋ, ਤੁਸੀਂ ਸ਼ੋਪ ਲਈ ਲੇਟ ਹੋ ਰਹੇ ਹੋ, ਫਟਾਫਟ ਰੇਡੀ ਹੋ ਜਾਓ। ਸ਼ੋਪ 'ਤੇ ਤਾਂ ਮੈਂ ਜਾਂਦਾ, ਤੂੰ ਆ ਖਬਰ ਦੇਖ ਕੀ ਆਈ ਆ। ਕਹਿੰਦੇ ਨੇ ਘਰ ਵਾਲੇ ਨੂੰ ਘਰ ਵਾਲੀ 'ਤੇ ਹੋਇਆ ਸ਼ੱਕ, ਦੋਨਾਂ ਦਾ ਹੋਇਆ ਤਲਾਕ, ਘਰ ਵਾਲੀ ਦੇ ਸੀ ਨੌਕਰ ਨਾਲ ਨਜਾਇਜ਼ ਸੰਬੰਧ। ਮੈਂ ਤਾਂ ਰੱਬ ਦਾ ਸ਼ੁਕਰ ਮਨਾਉਂਦਾ, ਅੱਜ ਤੱਕ ਆਪਣੇ 'ਚ ਕਦੇ ਗਲਤ ਫਹਿਮੀ ਨਹੀਂ ਪੈਦਾ ਹੋਈ। ਲੱਛਣ ਮਾੜੇ ਹੋਣੇ ਘਰ ਵਾਲੇ ਦੇ, ਹਰ ਵਾਰੀ ਕੁੜੀਆਂ ਨਹੀਂ ਗਲਤ ਹੁੰਦੀਆਂ, ਮੁੰਡੇ ਵੀ ਗਲਤ ਹੁੰਦੇ ਨੇ। ਪਾਗਲ ਤੂੰ, ਆਹ ਖਬਰਾਂ ਥੋੜੀ ਝੂਠ ਬੋਲਣਗੀਆਂ। ਕਈ ਵਾਰੀ ਨਿਊਜ਼ ਵੀ ਫੇਕ ਹੁੰਦੀਆਂ ਨੇ। ਆ ਗੱਲਾਂ ਛੱਡੋ, ਤੁਸੀਂ ਫਟਾਫਟ ਰੇਡੀ ਹੋ ਜਾਓ, ਸ਼ੋਪ ਲਈ ਲੇਟ ਹੋ ਰਹੇ ਹੋਗੇ। ਚਲੋ ਜਲਦੀ ਹੋ ਜਾਓ ਤਿਆਰ। ਭਾਬੀ ਘਰੇ ਹੈ? ਭਾਬੀ? ਹਾਂਜੀ ਆਈ। ਕੌਣ ਆ ਗਿਆ? ਅੱਛਾ ਅੱਛਾ ਤੁਸੀਂ ਹੋ। ਭਾਬੀ ਇਕੱਲੀ ਆ ਘਰੇ, ਕੋਈ ਦਿਖਦਾ ਨਹੀਂ? ਇਕੱਲੀ ਆ ਫਿਲਹਾਲ ਤਾਂ, ਤੇਰਾ ਵੀਰਾ ਗਿਆ ਹੋਇਆ ਸ਼ੋਪ ਤੇ। ਮੈਂ ਕਿਹਾ ਕੋਈ ਹੋਰ ਗੇੜਾ ਮਾਰ ਜਾਂਦਾ ਹੈ। ਇਹ ਕੰਜਰਾ ਹਟ ਜਾ ਤੂੰ ਮਜ਼ਾਕ ਕਰਨ ਨੂੰ, ਕਿਹੜੇ ਕੰਮ ਆਇਆ ਸੀ? ਮੈਂ ਕਿਹਾ ਚਲੋ ਭਾਬੀ ਦੇ ਹੱਥ ਦੀ ਚਾਹ ਪੀ ਆਈਏ। ਕਿਉਂ, ਤੈਨੂੰ ਘਰੇ ਚਾਹ ਨਹੀਂ ਮਿਲਦੀ? ਭਾਬੀ ਚਾਹ ਤਾਂ ਮਿਲ ਜਾਂਦੀ ਹੈ, ਪਰ ਤੇਰੇ ਹੱਥਾਂ ਵਰਗਾ ਸਵਾਦ ਨਹੀਂ ਮਿਲਦਾ। ਅੱਛਾ ਚੱਲ ਆਇਆ ਤੈਨੂੰ ਚਾਹ ਪਿਲਾਵਾਂ। ਚੱਲ ਤੂੰ ਬੈਠ, ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ। ਹੋਰ ਸੁਣਾ, ਘਰੇ ਸਭ ਠੀਕ ਹੈ? ਹਾਂਜੀ ਭਾਬੀ ਸਭ ਠੀਕ ਹੈ। ਕਿਵੇਂ ਨਹੀਂ ਬਣੀਆ ਚਾਹ? ਭਾਬੀ ਤੂੰ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਲਿਆਈ ਹੈ, ਹਾਲੇ ਵੀ ਮਿੱਠੇ ਦੀ ਲੋੜ ਹੈ। ਚੱਲ ਵੇ ਐਵੇਂ ਨਾ ਮਜ਼ਾਕ ਕਰੀ ਜਾ, ਗੱਪੀ ਨਾ ਹੋਵੇ ਕਿਸੇ ਥਾਂ ਦਾ। ਵੈਸੇ ਤੇਰੀ ਅੱਖ ਕਿਉਂ ਲਾਲ ਪਈ ਹੈ? ਸਹੇਲੀ ਸੁਹੇਲੀ ਦੇ ਭਰਾ ਨੇ ਕੁੱਟੇ ਤੈਨੂੰ? ਸਹੇਲੀ ਸੁਹੇਲੀ ਕਿੱਥੇ ਭਾਬੀ, ਛੜਾ ਜੁਨੀ ਨੇ ਜਿੰਦਾਬਾਦ ਚੱਲਦੀ ਹੈ ਇੱਥੇ ਤਾਂ। ਅੱਛਾ ਇਹ ਵੀ ਠੀਕ ਆ। ਚੱਲ ਤੂੰ ਉਹ ਗੱਲ ਛੱਡ ਭਾਬੀ, ਤੂੰ ਮੇਰੀ ਗੱਲ ਸੁਣ। ਸੁਣਾ। ਭਾਬੀ ਮੈਨੂੰ ਨਾ ਤੈਨੂੰ ਭਾਬੀ ਕਹਿਣ ਦਾ ਜਮੀ ਜੀ ਨਹੀਂ ਕਰਦਾ। ਅੱਛਾ ਹੋਰ ਕੀ ਕਹਿਣ ਨੂੰ ਦਿਲ ਕਰਦਾ ਤੇਰਾ? ਚਲੋ ਜੀ ਫਿਰ ਮੈਂ ਚੱਲਦਾ। ਚੰਗਾ ਧਿਆਨ ਨਾਲ ਜਾਈ, ਅੰਦਰ ਰਿਹਾ ਕਰ, ਗੇੜਾ ਮਾਰ ਦਿਆ ਕਰ। ਕੋਈ ਗੱਲ ਨਹੀਂ ਭਾਬੀ। ਕਾ ਕੀ ਨਹੀਂ ਕੋਈ? ਅੱਛਾ ਕੀ ਹਾਲ ਵੀ? ਹਾਂਜੀ ਵੀਰੇ, ਕੱਪੜੇ ਦਿਖਾਓ ਟੌਪ ਦੇ, ਪਰ ਰੇਟ ਠੀਕ ਠਾਕ ਹੋਵੇ। ਰੇਟ ਠੀਕ ਠਾਕ ਹੋਵੇ? ਚਲੋ ਕੋਈ ਗੱਲ ਨਹੀਂ ਬਾਈ, ਦਿਖਾ ਦਿੰਦੇ ਹਾਂ, ਆ ਜਾਓ। ਵੀਰੇ ਲੋਅਰ ਟੀ ਸ਼ਰਟ ਲੈਣੀ ਕਿ ਪੈਂਟਿੰਗ ਵੀ ਲੈਣੀ ਤੁਸੀਂ? ਲੋਅਰ ਟੀ ਸ਼ਰਟ ਦਿਖਾ ਦਿਓ ਵੀਰੇ, ਅਸੀਂ ਚੈੱਕ ਲੋ ਰੱਖ ਲੋ ਹੁੰਦੇ ਹਾਂ। ਲੋਅਰ ਟੀ ਸ਼ਰਟ ਹੀ ਮਾਰ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇਹ ਤੁਸੀਂ ਆਹ ਦੇਖੋ, ਇਹ ਆਹ ਦੇਖੋ ਤੁਸੀਂ, ਇਹ ਤੁਸੀਂ ਆਹ ਦੇਖੋ, ਆਹ ਦੇਖੋ। ਚਾਰ ਟੀ ਸ਼ਰਟਾਂ ਲੈਣੀਆਂ ਨੇ ਵੀਰੇ, ਇਹਨਾਂ 'ਚੋਂ ਕੋਈ ਸਿਲੈਕਟ ਕਰ ਲਓ। ਕੋ ਵੀਰੇ ਮੈਂ ਤੁਹਾਨੂੰ ਟੋਪ ਦੇ ਬ੍ਰਾਂਡ ਦਿਖਾ ਤੇ, ਇਹ ਤੁਸੀਂ ਕੋਈ ਸਿਲੈਕਟ ਕਰ ਲਓ, ਵਧੀਆ ਲੱਗੂਗੇ ਪਾਏ ਹੋਏ। ਇੱਕ ਤਾਂ ਵੀਰੇ ਆਹ ਕਰ ਦਿਓ, ਇੱਕ ਆਹ ਕਰ ਦਿਓ, ਚਲੋ ਇੱਕ ਆਹ ਵੀ ਕਰ ਦਿਓ। ਚਲੋ ਬੰਦਾ ਬੜਾ ਯਾਰ। ਚਲੋ ਇੱਕ ਅੱਧੀ ਹੋਰ ਦਿਖਾ ਦਿਓ ਵੀਰੇ। ਅਤੇ ਜਿਹੜਾ ਆਹ ਪੀਸ ਨਹੀਂ ਹੈ ਤੁਹਾਡੇ ਵਾਸਤੇ ਹੀ ਹੈ, ਮੈਨੂੰ ਲੱਗਦਾ ਇਹ ਬੈਸਟ ਆ ਤੁਹਾਡੇ ਵਾਸਤੇ, ਸੋਹਣਾ ਵੀ ਲੱਗੂਗਾ। ਚਲੋ ਵੀਰੇ ਇਹ ਵੀ ਕਰ ਦਿਓ। ਬੱਲੇ ਕਿੰਨੇ ਪੈਸੇ ਹੋ ਗਏ ਬਾਈ, ਇਹਨਾਂ ਦੇ ਦੱਸ ਦਿਓ। ਲੋਰਾ ਵੀਰੇ ਪਹਿਲਾਂ ਇਹਨਾਂ ਦੇ ਪੈਸੇ ਦੱਸ ਦਿਓ, ਬਾਅਦ 'ਚ ਦੇਖ ਲੈਂਦੇ ਹਾਂ। ਲੋਰਾ ਇਹਨਾਂ ਦੇ ਹੋ ਗਏ
देख वैसे सी लाने लोगों को टी शर्ट 500 की, तेन ला देंगे 450 की, चार टी शर्टा हो गई 1600 रुपये की हो गया। भाई यार मैं फुदूंगा, सेल चले होंगे 70-70 रुपये दी। ओ भाई 400 की ला देंगे, एक तो सेल वाले ने कम ठप्प कर रखा, लोगों को ब्रांड से फुदू कपड़े जो फर्क ही नहीं पता, हूँ फिर इकट्ठे करने पैणगे। ये हाँ जी घर ही हो तो अज फिर आ गया, की काम सी? काम तो कुछ खास नहीं, बस सब्जी चाहिए सी। अच्छा एक्चुअली ना मेरे घर नहीं हैगा कोई, मेरे घर दे गए हुए सी रिश्तेदारी च, ते मैं कहा चलो थोड़े तो ले आइए, तुसी कदों काम आओगे? हाँ ये भी सही गल है, कोई ना तू खड़ो रे मैं सब्जी ले आनी है तेरे लिए। अल्ला सब्जी, मैं पनीर दी सब्जी बनाई सी। कोई गल नहीं जी, जे तुसी मूंगी दाल भी बनाओ ना अस तो ओदे नाल भी सार लैंदे। ਬਈ ਹਾਂ ਉਹ ਕੁਲਦੀਪ ਨਹੀਂ ਜਾਂਦਾ, ਉਹ ਕੁਲਦੀਪ ਜੀ ਤੁਹਾਨੂੰ ਮੈਂ ਕੱਲ੍ਹ ਦੀ ਗੱਲ ਦੱਸਦਾ। ਕੱਲ੍ਹ ਨਾ ਕੁਲਦੀਪ ਮੈਂ ਜਦੋਂ ਲੰਘਿਆ ਬੀਹੀ 'ਚ, ਉਹ ਆਪਣਾ ਗਵਾਂਢੀ ਨੀਗਾ ਜੱਗੀ, ਉਹਦੇ ਘਰ ਵਾਲੀ ਦੇ ਐਂ ਹੱਥਾਂ 'ਚ ਹੱਥ ਐਂ ਪਾ ਕੇ, ਪਤਾ ਨਹੀਂ ਦਾਲ ਦੇ ਰਿਹਾ ਸੀ ਪਤੰਦਰ, ਪਤਾ ਨਹੀਂ ਲੈ ਰਿਹਾ ਸੀ, ਮਾਮਲਾ ਮੈਨੂੰ ਗੜਬੜੇ ਲੱਗਦਾ ਕੋਈ। ਬਾਈ ਜੈਕ ਤਾਂ ਹੁਣ ਸਾਰਾ ਦਿਨ ਰਹਿੰਦਾ ਬਾਹਰ, ਅੰਦਰ ਆਉਣ ਜਾਣ ਵੀ ਚਾਹੀਦਾ ਕੋਈ। ਬਾਈ ਅੰਦਰ ਲੀਆਂ ਤਾਂ ਹੁਣ ਫਿਰ ਕੁਲਦੀਪ ਹੀ ਜਾਣਦਾ ਵੀ ਦਾਲ ਦੇ ਕੇ ਆਉਂਦਾ ਜਾਂ ਲੈ ਕੇ ਆਉਂਦਾ। ਉਹ ਨਹੀਂ ਨਹੀਂ ਓਏ ਮੇਰਾ ਮਿੱਤਰ ਆ ਉਹ, ਐਂ ਨਾ ਬੋਲੋ ਬਾਈ, ਰਗੜਨ ਨੂੰ ਤਾਂ ਤੂੰ ਵੀ ਫਿਰਦਾ ਸੀ ਉਹਨੂੰ। ਉਹ ਮਿੱਤਰਾ ਮੇਰੀ ਲੱਗਦੀ ਭਾਬੀ ਸੀ, ਨਹੀਂ ਘੜੋ ਚੁਗਲਾ ਠਾਹ ਕਰਨ ਨੂੰ ਤਾਂ ਮੈਂ ਮਿੰਟ ਲਾਉਣਾ, ਬਾਕੀ ਤੈਨੂੰ ਪਤੀ ਆ ਆਪਾਂ ਚੱਕਲੋ ਰੱਖਣ ਵਾਲੇ ਹੁੰਦੀ ਹਾਂ। ਵੈਸੇ ਆਪਣਾ ਤਾਂ ਇੱਕੋ ਕੰਮ ਹੁੰਦਾ, ਚੱਕ ਲਓ ਰੱਖ ਲਓ। ਪਰ ਚੱਕ ਲਓ ਜਿਹੜਾ ਆਪਣੇ ਨਾਲ ਹੀ ਪੈਂਚਰ ਵਾਲਾ, ਉਹਦੀ ਘਰ ਵਾਲੀ ਦੀ ਗੱਲ ਪਤਾ ਲੱਗੀ ਹੈ? ਕੀ ਗੱਲ ਬਾਈ? ਤੇਰੀ ਭੈਣ ਨੂੰ ਹੋਰ ਮੈਨੂੰ ਵੀ ਕੱਲ੍ਹ ਪਤਾ ਲੱਗੀ ਹੈ ਗੱਲ, ਬਹੁਤ ਮਾੜਾ ਹਾਲ ਹੋ ਰਿਹਾ ਜਿਵੇਂ। ਅੱਜ ਕੱਲ੍ਹ ਤਾਂ ਵੀ ਲੋਕਾਂ ਦੀ ਦਿਨ ਧਰਮ ਰਹਿ ਪਿਆ ਨਾ, ਪੈਂਚਰ ਹੀ ਛੱਡਦੇ ਨਾ ਕਵਾੜੇ ਛੱਡਦੇ। ਚੱਲ ਤੂੰ ਮੇਰੀ ਗੱਲ ਛੱਡ, ਇਹ ਆਪਾਂ ਚੱਲਦੇ ਲੁਧਿਆਣੇ, ਆਪਣੇ ਮਹਿੰਗੇ ਕੱਪੜੇ ਤਾਂ ਵਿਕਦੇ ਨਹੀਂ ਹੈਗੇ, ਆਪਾਂ ਤਾਂ ਸਸਤੇ ਕੱਪੜੇ ਲਿਆਵਾਂਗੇ ਫਿਰ ਉਹਦੇ ਵੇਚਾਂਗੇ। ਚੱਲਦੇ ਹਾਂ, ਕਦੋਂ ਜਾਣੇ? ਆਪਾਂ ਪਰਸੋਂ ਚੱਲਦੇ ਲੁਧਿਆਣੇ ਫਿਰ। ਬਸ ਠੀਕ ਹੈ, ਠੀਕ ਆ। ਭਾਬੀ ਦੇ ਦਿਓਰ ਨਾਲ ਸੰਬੰਧ ਤੁਹਾਡੀ ਭੈਣ ਨੂੰ, ਲੋਕ ਸਾਰੇ ਹਲਕੇ ਫਿਰਦੇ ਨੇ। ਉਹ ਲਿਆ ਦੇ ਰੋਟੀ ਹੁਣ, ਤੂੰ ਇੱਕ ਭੁੱਖੇ ਮਾਰੂਗੀ ਮੈਨੂੰ। ਆ ਗਈ ਅੰਦਰ ਰੋਟੀ, ਫਿਰ ਉਹੀ ਖਬਰਾਂ ਦੇਖੀ ਜਾਂਦੇ ਹੋ। ਖਾ ਲਾ ਤੂੰ ਵੀ ਨਾਲ। ਖਾਓ ਤੁਸੀਂ। ਤੇ ਤੁਹਾਡਾ ਕੰਮ ਕਾਰ ਕਿੱਦਾਂ ਚੱਲ ਰਿਹਾ? ਵਧੀਆ ਚੱਲ ਰਿਹਾ? ਕੰਮ ਤਾਂ ਠੀਕ ਠਾਕ ਹੀ ਚੱਲਦਾ। ਅੱਛਾ, ਤੇ ਮੈਂ ਦੇਖਿਆ ਕੀ ਗੱਲ, ਤੁਸੀਂ ਮੈਨੂੰ ਬਹੁਤ ਘੱਟ ਪੈਸੇ ਫੜਾਉਣ ਲੱਗ ਗਏ, ਕਿਤੇ ਕੋਈ ਤੁਹਾਡਾ ਚੱਕਰ ਤਾਂ ਨਹੀਂ ਚੱਲ ਰਿਹਾ? ਯਾਰ ਕਿਵੇਂ ਦੀ ਗੱਲਾਂ ਕਰਦੇ ਤੂੰ, ਹੁਣ ਮਾਰਕੀਟ ਵਿੱਚ 8 ਦੁਕਾਨਾਂ ਨੇ, ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਉੱਪਰ ਲੋਕ ਕਹਿੰਦੇ ਨੇ ਕਿ ਘੱਟ ਪੈਸਿਆਂ 'ਚ ਵਧੀਆ ਕੱਪੜੇ ਮਿਲ ਜਾਣ, ਇਸ ਕਰਕੇ ਹੁਣ ਕਮਾਈ ਘੱਟ ਹੀ ਹੁੰਦੀ ਆ। ਚਲੋ ਠੀਕ ਹੈ, ਮੈਂ ਤੈਨੂੰ ਇੱਕ ਗੱਲ ਦੱਸਾਂ। ਹਾਂਜੀ। ਜਿਹੜੀ ਸਾਡੀ ਦੁਕਾਨ ਆ ਲੱਗਦੀ, ਇੱਕ ਪੈਂਚਰ ਵਾਲੀ ਦੁਕਾਨ ਨਹੀਂ ਆ? ਹਾਂ ਹਾਂ। ਉਹ ਤਾਂ ਵਿਚਾਰਾ ਦਿਨ ਰਾਤ ਕੰਮ ਕਰਦਾ ਸੀ। ਅੱਛਾ। ਪਰ ਉਹਦੀ ਘਰ ਵਾਲੀ ਨੇ ਉਹਦੇ ਬਾਅਦ ਨਾ ਆਪਦੇ ਗਵਾਂਢੀ ਨਾਲ ਚੱਕਰ ਚਲਾ ਰਹੇ, ਉਹ ਪਤੰਦਰ ਨੇ ਗੁੱਸੇ 'ਚ ਆ ਕੇ ਆਪਦੀ ਘਰ ਵਾਲੀ ਦੀ ਲੱਤ 'ਤੇ ਬਾਂਹ ਤੋੜਤੀ। ਹਾਏ ਇੰਨਾ ਮਾੜਾ ਹੋਇਆ ਵਿਚਾਰੀ ਨਾਲ। ਕੀ ਵਿਚਾਰੀ? ਜੇ ਮੈਂ ਹੁੰਦਾ ਨਾ ਗਲਾ ਘੋਟ ਦਿੰਦਾ। ਤੁਸੀਂ ਮੈਨੂੰ ਡਰਾ ਕੇ ਰਹੇ ਹੋ? ਮੈਂ ਡਰਾ ਨਹੀਂ ਰਿਹਾ, ਮੈਂ ਤਾਂ ਬਸ ਸਮਝਾ ਰਿਹਾ। ਰੋਟੀ ਖਾ ਲਾ, ਕਿ ਜਦੋਂ ਯਕੀਨ ਖਤਮ ਹੋ ਗਿਆ ਸਮਝ ਲਾ ਬੰਦਾ ਹੀ ਮਰ ਗਿਆ।
ਅਲੋ ਜੀ ਤੁਹਾਡਾ ਬੈਗ ਤੇ ਤੁਸੀਂ ਪਲੀਜ਼ ਜਲਦੀ ਆ ਜਿਓ ਮੇਰੇ ਐਡੇ ਵੱਡੇ ਘਰ 'ਚ ਦਿਲ ਨਹੀਂ ਲੱਗਣਾ ਪਹਿਲਾਂ ਵੀ ਤੂੰ ਇੱਥੇ ਇਕੱਲੀ ਰਹਿੰਦੀ ਸੀ ਕਿਵੇਂ ਦੀ ਗੱਲਾਂ ਕਰਦੀ ਆ ਤੂੰ ਉਹ ਤਾਂ ਚਲੋ ਠੀਕ ਹੈ ਪਰ ਮੈਨੂੰ ਨਹੀਂ ਪਤਾ ਤੁਸੀਂ ਵੀ ਮੈਨੂੰ ਨਾਲ ਲੈ ਕੇ ਜਾਓ ਉਹ ਦੋ ਤਿੰਨ ਦੁਕਾਨਦਾਰ ਮੇਰੇ ਨਾਲ ਹੋਰ ਜਾਣਗੇ ਉਹਨਾਂ ਨੇ ਵੀ ਕੱਪੜੇ ਲਿਆਉਣੇ ਨੇ ਹੁਣ ਲੁਧਿਆਣੇ ਕੱਪੜੇ ਸਸਤੇ ਨੇ ਜਾਣਾ ਹੀ ਪਊਗਾ ਕੋਈ ਗੱਲ ਨਹੀਂ ਹੈ ਪਰਸੋਂ ਸਵੇਰ ਤੱਕ ਆ ਜਾਊਂਗਾ ਮੈਂ ਜਲਦੀ ਆ ਜਾਓ ਫਿਰ ਜੇ ਕੋਈ ਐਸੀ ਵੈਸੀ ਗੱਲ ਹੋਈ ਮੈਨੂੰ ਫੋਨ ਕਰ ਦੀ ਵੈਸੇ ਆਪਣੇ ਗੁਆਂਢੀ ਬੜੇ ਚੰਗੇ ਨੇ ਤੇਰੀ ਮਦਦ ਤਾਂ ਕਰੇ ਦੇਣਗੇ ਬਾਕੀ ਫੋਨ ਕਰਦੀ ਰਹੀ ਮੈਨੂੰ ਇੱਕ ਦਿਨ ਦੀ ਗੱਲ ਆ ਹਾਂਜੀ ਉਹ ਤਾਂ ਪਤਾ ਗੁਆਂਢੀ ਚੰਗੇ ਨੇ ਪਰ ਕਈ ਵਾਰੀ ਨਾ ਡਰ ਲੱਗਦਾ ਮੈਨੂੰ ਚੱਲ ਕੋਈ ਗੱਲ ਨਹੀਂ ਹੁਣ ਜਾਣਾ ਮੈਂ ਤੇ ਮੇਰੇ ਵਾਸਤੇ ਕੀ ਲੈ ਕੇ ਆਉਂਗੇ ਉੱਥੋਂ ਤੂੰ ਫੁੱਲਾਂ ਵਰਗੀ ਤੇਰੇ ਵਾਸਤੇ ਫੁੱਲਾਂ ਵਰਗੇ ਸੂਟ ਲੈ ਕੇ ਆਊਂਗਾ ਠੀਕ ਆ ਫਿਰ ਤਾਂ ਠੀਕ ਆ ਤੇ ਧਿਆਨ ਨਾਲ ਜਾਇਓ ਠੀਕ ਆ ਤੇ ਨਾਲੇ ਮੈਨੂੰ ਨਾ ਫੋਨ ਕਰ ਲਿਆ ਕਰਿਓ ਉੱਥੇ ਜਾ ਕੇ ਭੁੱਲ ਨਾ ਜਾਇਓ ਮੈਨੂੰ ਇੱਕ ਦਿਨ 'ਚ ਭੁੱਲ ਜਾਊਂਗਾ ਮੈਂ ਕੀ ਪਤਾ ਲੱਗਦਾ ਤੁਹਾਡਾ ਘਰ ਵਾਲੀ ਹੈ ਮੇਰੀ ਪਾਗਲ ਜੀ ਚੰਗਾ ਚੰਗਾ ਬਾਏ ਹੈਲੋ ਉਹਨਾਂ ਰਾਤ ਨੀਂਦ ਜ਼ਿਆਦਾ ਆ ਗਈ ਸੀ ਅਤੇ ਫੋਨ ਸਵਿੱਚ ਔਫ ਹੋ ਰਿਹਾ ਸੀ ਹਾਂਜੀ ਮੈਂ ਤੁਹਾਨੂੰ ਐਵੇਂ ਦੱਸਣਾ ਸੀ ਮੈਂ ਨਾ ਜਾਂ ਅੰਮ੍ਰਿਤਸਰ ਰਹਿ ਗਿਆ ਅਤੇ ਅਸੀਂ ਸੋਚਿਆ ਵੀ ਹੁਣ ਅਸੀਂ ਲੁਧਿਆਣੇ ਤਾਂ ਆਏ ਹਾਂ ਅੰਮ੍ਰਿਤਸਰ ਮੱਥਾ ਟੇਕ ਜਾਂਦੇ ਗੁਰਦੁਆਰਾ ਤੁਸੀਂ ਹੁਣ ਅੰਮ੍ਰਿਤਸਰ ਜਾ ਰਹੇ ਹੋ ਪਹਿਲਾਂ ਤਾਂ ਤੁਸੀਂ ਮੈਨੂੰ ਕਿਹਾ ਸੀ ਵੀ ਮੈਂ ਇੱਕ ਦਿਨ 'ਚ ਵਾਪਸ ਆ ਜਾਵਾਂਗਾ ਹੁਣ ਤੁਸੀਂ ਦੋ ਦਿਨ ਲਾ ਕੇ ਆਉਂਗੇ ਇਹ ਕੀ ਗੱਲ ਬਣੀ ਮੈਨੂੰ ਤਾਂ ਲੱਗਦਾ ਤੁਹਾਡਾ ਕਿਤੇ ਕੋਈ ਚੱਕਰ ਹੈ ਸੱਚੀ ਸੱਚੀ ਦੱਸ ਦਿਓ ਮੈਨੂੰ ਕੱਲ੍ਹ ਨੂੰ ਆਉਣਾ ਵੈਸੇ ਘਰੇ ਮੈਂ ਚੰਗਾ ਬਾਈ ਧਿਆਨ ਰੱਖਿਓ ਹੈਲੋ ਹਾਂ ਕੁਲਦੀਪ ਤੁਸੀਂ ਕਿੱਥੇ ਹੋ ਤੁਸੀਂ ਇੱਦਾਂ ਕਰਿਓ ਮੇਰੇ ਕੋਲ ਨਾ ਰਾਤੀ ਆ ਜਿਓ ਇੱਥੇ ਕੋਈ ਵੀ ਨਹੀਂ ਹੈਗਾ ਹਾਂ ਤੁਸੀਂ ਕਿਸੇ ਨੂੰ ਦੱਸਿਓ ਨਾ ਪਤਾ ਕੀ ਗੱਲ ਹੈ ਮੈਂ ਉਰੇ ਇਕੱਲੀ ਹਾਂ ਮੈਨੂੰ ਨਾ ਬਹੁਤ ਡਰ ਲੱਗ ਰਿਹਾ ਤੁਸੀਂ ਕਿਸੇ ਨੂੰ ਦੱਸਿਓ ਨਾ ਤੁਹਾਨੂੰ ਪਤਾ ਹੀ ਹੈ ਲੋਕਾਂ ਦਾ ਕਿੰਨੀ ਗੱਲਾਂ ਬਣਾਉਂਦੇ ਨੇ ਨਹੀਂ ਮੈਂ ਵੀ ਨਹੀਂ ਦੱਸਦੀ ਵਿਸ਼ਵਾਸ ਰੱਖੋ ਠੀਕ ਹੈ ਆ ਜਿਓ ਮੇਰੇ ਕੋਲ ਬਾਏ ਕਿਸਨੇ ਆਉਂਦੇ ਦੇਖਿਆ ਤਾਂ ਨਹੀਂ 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 ਮੈਨੂੰ ਵੀ ਨਹੀਂ ਵੇਖਣਾ ਪੱਕਾ ਪਤਾ ਨਾ ਕੋਈ ਬਾਹਰ ਹੈ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਬਾਹਰ ਮੈਂ ਤਾਂ ਮਿੰਟੋ ਮਿੰਟ ਹੀ ਆ ਗਿਆ ਚਲ ਸ਼ੁਕਰ ਹੈ ਚਲ ਤੂੰ ਬਹਿ ਜਾ ਜੇ ਤੁਸੀਂ ਨਾ ਆਉਂਦੇ ਨਾ ਐਡੇ ਵੱਡੇ ਘਰ 'ਚ ਮੈਂ ਟੈਨਸ਼ਨ ਨਾਲ ਮਰ ਹੀ ਜਾਣਾ ਸੀ ਇੱਦਾਂ ਕਿੱਦਾਂ ਮਰ ਜਾਂਦੇ ਤੁਸੀਂ ਮੈਂ ਹੈਗਾ ਨਾ ਤੁਸੀਂ ਫਿਕਰ ਨਾ ਕਰੋ ਤੁਸੀਂ ਮੇਰੇ ਵਾਸਤੇ ਦੁੱਧ ਗਰਮ ਕਰਕੇ ਲਿਆਓ ਰੋਟੀ ਤਾਂ ਨਹੀਂ ਖਾਣੀ ਤੁਸੀਂ ਨਹੀਂ ਨਹੀਂ ਰੋਟੀ ਤਾਂ ਮੈਂ ਘਰੋਂ ਖਾ ਕੇ ਆਇਆ ਸੀ ਚਲੋ ਠੀਕ ਹੈ ਮੈਂ ਲਿਆਉਂਦੀ ਦੁੱਧ ਪੱਕੀ ਖਬਰ ਇਹ ਤੂੰ ਦੇਖਿਆ ਵੀ ਅੱਖਾਂ ਨਾਲ ਹਾਂ ਮੈਂ ਆਪਦੀ ਅੱਖਾਂ ਨਾਲ ਦੇਖਿਆ ਬਾਈ ਪੰਡਤ ਦਾ ਜ਼ਿਆਦਾ ਧੱਕਾ ਹੋ ਗਿਆ ਜੱਗੀ ਤੱਕ ਗੱਲ ਪਹੁੰਚਾਉਣੀ ਪਊਗੀ ਚੱਲ ਕੋਈ ਨਹੀਂ ਬਾਈ ਕਰਦੇ ਹਾਂ ਸਲਾਹ ਸੋਚਿਆ ਨਹੀਂ ਸੀ ਸਲਾਹ ਐਂ ਕਰ ਜੂਗੀ ਉਹ ਯਾਰ ਜੱਗੀ ਇੰਨਾ ਸਿਆਣਾ ਬੰਦਾ ਯਾਰ ਉਹਨੂੰ ਇੰਨਾ ਪਿਆਰ ਕਰਦਾ ਪਤੰਦਰਾ ਆ ਜਿਹੜੀ ਜਨਾਨੀ ਦੀ ਜਾਤ ਹੈ ਨਾ ਕੁਛ ਵੀ ਕਰ ਸਕਦੀ ਹੈ ਗੁੱਤ ਪਿੱਛੇ ਅਕਲ ਹੁੰਦੀ ਹੈ ਉਹ ਚੱਲ ਇੰਨਾ ਤਾਂ ਮੈਨੂੰ ਵੀ ਪਤਾ ਸੀ ਵੀ ਇਹਨਾਂ ਦੇ ਗੁੱਤ ਪਿੱਛੇ ਅਕਲ ਹੁੰਦੀ ਆ ਸਾਰੀਆਂ ਔਰਤਾਂ ਗਲਤ ਨਹੀਂ ਹੁੰਦੀਆਂ ਪਰ ਇਹ ਵੀ ਗਲਤ ਹੋ ਸਕਦੀ ਆ ਮੈਨੂੰ ਉਮੀਦ ਨਹੀਂ ਸੀ ਕੁਲਦੀਪ ਤਾਂ ਬਾਈ ਸਵਾਦ ਲੈ ਗਿਆ ਉਹ ਸਵਾਦ ਪਿੱਛੇ ਤਾਂ ਕੁੱਤੀ ਲਾਹੌਰ ਵਗੀ ਦੀ ਪਰ ਸਲਾਹ ਇਹ ਉਮੀਦ ਨਹੀਂ ਹੈਗੀ ਸੀ ਯਾਰ ਗਮਾਂਡ 'ਚ ਚੱਕਾ ਚਲਾਤਾ ਇਹ ਗਲਤ ਕਰਿਆ ਜੱਗੀ ਨੂੰ ਦੱਸਣਾ ਪੈਣਾ ਯਾਰ ਮੇਰਾ ਮਿੱਤਰ ਆ ਆਪਾਂ ਚੱਕ ਲੋ ਰੱਖ ਲੋ ਵਾਲੇ ਹੁੰਦੇ ਹਾਂ ਜੱਗੀ ਛੱਡ ਸਾਰੇ ਪਿੰਡ ਨੂੰ ਦੱਸ ਦਾਂਗੇ ਨਾਲੇ ਸਵਾਦ ਲਵਾਂਗੇ ਉਹ ਨਹੀਂ ਨਹੀਂ ਪੰਡਤਾ ਓਏ ਸਵਾਦ ਦੇ ਚੱਕਰ 'ਚ ਆਪਾਂ ਉਹਦਾ ਘਰ ਨਹੀਂ ਪੜ ਸਕਦੇ ਵੀਰਾ ਡੁੱਲੇ ਵੀਰਾਂ ਦਾ ਕੁਛ ਨਹੀਂ ਵਿਗੜਿਆ
ਇਹਨੂੰ ਮਚਾਇਆ ਸਾਲੇ ਨੂੰ ਅੱਜ। ਬਾਈ ਬਾਈ ਰੁਕੀ ਰੁਕੀ, ਕੱਪੜੇ ਆ ਗਏ ਤੇ ਦੁਕਾਨ ਤੇ ਨਵੇਂ ਯਾਰ। ਉਹ ਤੂੰ ਕਿਹੜਾ ਕੱਪੜੇ ਲੈਣੇ ਹੁੰਦੇ ਆ, ਤੂੰ ਤਾਂ ਕੱਪੜੇ ਦੇਖ ਕੇ ਹੀ ਛੱਡ ਦਿੰਦਾ। ਪਰ ਤੇਰੇ ਵਰਗਿਆਂ ਵਾਸਤੇ ਮੈਂ ਲੁਧਿਆਣੇ ਤੋਂ ਬੜੇ ਸਸਤੇ ਕੱਪੜੇ ਲੈ ਕੇ ਆਇਆ, ਨਾਲੇ ਵਧੀਆ ਕੁਆਲਿਟੀ ਦੇ ਨੇ, ਨਾਲ ਰੇਟ ਘੱਟ ਹੈ। ਅੱਛਾ ਬਾਈ, ਤੂੰ ਲੁਧਿਆਣੇ ਗਿਆ ਹੋਇਆ ਸੀ ਯਾਰ, ਤਾਂ ਹੀ ਮੈਂ ਦੋ ਰਾਤਾਂ ਹੋ ਗਈਆਂ ਕੁਲਦੀਪ ਤੇਰੇ ਘਰੇ ਜਾਂਦਾ ਦੇਖਿਆ, ਭਾਬੀ ਕੋਲ ਨਾ ਜਾਂਦਾ ਹੋਵੇ। ਚੱਲ ਕੋਈ ਗੱਲ ਨਹੀਂ ਬਾਈ, ਵੈਸੇ ਹੀ ਗਿਆ ਹੋਣਾ, ਭਾਬੀ ਦਾ ਭਾਬੀ ਹੀ ਹੁੰਦੀ ਹੈ। ਬਾਈ ਮੇਰੇ ਮੇਚ ਦੀ ਲੋਟੀ ਸ਼ਰਟ ਆ ਗਈ। ਹਾਂ ਆ ਗਈ ਆ ਗਈ। ਉਹ ਨਹੀਂ ਗੁੱਸੇ 'ਚ ਮੈਂ। ਜੈਕ ਬੇਸ਼ੱਕ ਤੂੰ ਘਰੋਂ ਬਾਹਰ ਰਹਿੰਦਾ, ਅਸੀਂ ਤਾਂ ਗਵਾਂਢ 'ਚ ਰਹਿੰਦੇ ਹਾਂ, ਸਾਨੂੰ ਸਭ ਪਤਾ ਕਿਹਦੇ ਘਰੇ ਕੀ ਚੱਲਦਾ ਅਤੇ ਖਾਸ ਕਰ ਰਾਤ ਨੂੰ। ਲੋਕਾਂ ਦੇ ਕੱਪੜੇ ਪਵਾਉਂਦਾ ਫਿਰਦਾ ਅਤੇ ਆਪਦੀ ਘਰਵਾਲੀ ਦੀ ਚੁੰਨੀ ਨਹੀਂ ਸਾਂਭੀ ਜਾਂਦੀ। ਕੀ ਹਾਲ ਆ ਜੱਗੀ, ਬੜੇ ਗੁੱਸੇ ਜਾ ਰਹੇ ਹਾਂ, ਕੀ ਗੱਲ? ਕੋਈ ਗੱਲ ਨਹੀਂ ਬਾਈ, ਕੋਈ ਗੱਲ ਨਹੀਂ। ਉਹ ਗੱਲਾਂ ਤਾਂ ਮਿੱਤਰਾਂ ਸਾਨੂੰ ਪਤਾ ਲੱਗ ਜਾਂਦੇ ਨੇ, ਮੈਂ ਤਾਂ ਉਹ ਕਈ ਵਾਰ ਨਾ ਉਹਨੂੰ ਦਾਲ ਫੜਾਉਂਦੀ ਵੀ ਦੇਖੀ ਆ। ਹੁਣ ਇਹ ਨਹੀਂ ਪਤਾ ਮਿੱਤਰਾ ਵੀ ਦਾਲ 'ਚ ਕੁਛ ਕਾਲਾ ਕਿ ਪੂਰੀ ਦਾਲੇ ਕਾਲੀ ਆ, ਉਹ ਤੈਨੂੰ ਆਪ ਪਤਾ ਕਰਨਾ ਪਊਗਾ। ਬਾਕੀ ਤੈਨੂੰ ਪਤਾ ਹੀ ਆ, ਆਪਾਂ ਤਾਂ ਉੱਡਦੇ ਪੰਛੀਆਂ ਦੇ ਖੰਭ ਤੱਕ ਗਿਣਦਾ ਨੇ, ਗੱਲ ਤਾਂ ਮਿੱਤਰਾ ਕੋਈ ਜ਼ਰੂਰ ਹੈਗੀ ਆ ਵਿਚਲੀ। ਗੈਰੀ ਤੈਨੂੰ ਪਤਾ ਬਈ ਮੇਰੇ ਗੁੱਸੇ ਦਾ, ਜੇ ਐਵੇਂ ਦੀ ਕੋਈ ਗੱਲ ਹੋਈ ਨਾ ਮੈਂ ਮਾਰ ਦੂੰਗਾ ਸਾਲੀ ਨੂੰ। ਬਾਈ ਤੈਨੂੰ ਮੈਂ ਤਾਂ ਹੀ ਸਮਝਾ ਰਿਹਾ, ਡੁੱਲੇ ਵੇਰਾਂ ਵਾਲੇ ਕੁਛ ਨਹੀਂ ਵਿਗੜਿਆ, ਸਾਂਭ ਸਕਦਾ ਮੌਕਾ ਸਾਂਭ ਲਾ, ਗੈਲੋ ਕੁਛ ਨਹੀਂ ਬਣਦਾ ਮਿੱਤਰਾ। ਪਾਂਡੇ ਚੱਕ ਤੇ ਜਾ। ਗੱਲ ਤਾਂ ਦੱਸੋ, ਗੱਲ ਕੀ ਹੋਈ ਆ? ਕੋਈ ਗੱਲ ਨੀ ਹੋਈ ਹੈਗੀ, ਚੁੱਪ ਚਾਪ ਸੋ ਜਾ। ਬਈ ਭੈਣ ਕਿੱਥੇ? ਕੌਣ ਭੈਣ ਓਏ? ਬਈ ਭਾਬੀ ਤੇਰੇ ਘਰ ਵਾਲੀ। ਕੀ ਕਿਹਾ ਸੀ ਤੂੰ? ਭੈਣ ਕਿੱਥੇ ਬਈ? ਕੀ ਭੈਣ ਕਿੱਥੇ ਬਈ? ਤੂੰ ਭੈਣ ਕਹਿਣਾ ਉਹਨੂੰ? ਹਾਂਜੀ ਬਾਈ, ਮੈਂ ਤਾਂ ਭੈਣ ਹੀ ਕਹਿਣਾ। ਹਾਂਜੀ ਵੀਰੇ ਆ ਜਾਓ ਅੰਦਰ, ਮੈਂ ਅੰਦਰ ਹੀ ਆ। ਮੇਰਾ ਦਿਲ ਤਾਂ ਤੈਨੂੰ ਭੈਣ ਕਹਿਣ ਨੂੰ ਹੀ ਕਰਦਾ। ਮੈਂ ਇਸ ਕਮਰੇ 'ਚ ਸੋ ਜਾਂਦੀ ਹਾਂ ਅਤੇ ਤੁਸੀਂ ਇਸ ਕਮਰੇ 'ਚ ਸੋ ਜਿਓ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਇੱਥੇ ਚੋਰ ਕਿੰਨੇ ਫਿਰਦੇ ਨੇ, ਘਰੇ ਸੋਨਾ ਵੀ ਬਥੇਰਾ ਪਿਆ, ਮੈਨੂੰ ਐਸੇ ਘਰ ਕੋਈ ਲੁੱਟ ਕੇ ਨਾ ਲੈ ਜੇ, ਮੈਂ ਤਾਂ ਤੁਹਾਨੂੰ ਤਾਂ ਬੁਲਾਇਆ ਸੀਗਾ। ਕੋਈ ਗੱਲ ਨਹੀਂ ਭੈਣੇ, ਹੁਣ ਤੂੰ ਮੈਨੂੰ ਵੀਰਾ ਕਹਿ ਦਿੱਤਾ ਨਾ, ਤਾਂ ਫਿਰ ਇੱਕ ਗੱਲ ਸੁਣ ਲੈ, ਇਹ ਵੀਰਾ ਤੇਰੇ ਪਿੱਛੇ ਜਾਨ ਵੀ ਦੇ ਸਕਦਾ, ਕਿਸੇ ਦੀ ਮਜਾਲ ਨਹੀਂ ਕਿ ਹੱਥ ਵੀ ਲਾ ਜੇ ਤੇਰੇ। ਵੀਰਾ ਭੈਣ ਸ਼ੱਕ ਚੱਕ ਕੇ ਮਾਰ ਦਿੱਤੇ ਹੁੰਦੇ ਮੈਨੇ, ਇਹ ਸ਼ੱਕ ਬਹੁਤ ਮਾੜੀ ਚੀਜ਼ ਆ, ਘਰਾਂ ਦੇ ਘਰ ਤਬਾਹ ਕਰ ਦਿੰਦਾ ਇਹ। ਪਾਗਲ ਲੋਕਾਂ ਦੀਆਂ ਗੱਲਾਂ ਸੁਣ ਕੇ ਤੂੰ ਵੀ ਉਹਨਾਂ ਵਰਗਾ ਬਣ ਗਿਆ ਸੀ,
अगे तो अपने घर वाले तो कहीं शक ना करी, सारी औरतें एक वर्ग नहीं होंगे। मैं ता ही कहा गैरी तेन पता भाई मेरे को हसना करी चलिया दे लेंदे यार गैरी अखा नीचला होर किड्डी वाला चल मैं बस मेरा इधर इतना मुंह करया दी मैंने चल मान चल हूं आगे करता पड़त ने चल मान चल एक्शन मैंने ऐसे रे हम खड़के पे मेरा जूम ले ली फिर भाई मैं चली जाने रहा चले आने वाले पैर चली जान दे आप कट लो वहां गैरी तेन पता भाई नीच भाई डिलीट मार दे हौली बोला कर सबसे पहले सांस हल्का सा ले चल ओए गेटे लाया पूरा बोल दो रानो स्पो हेल्प ओ ला दे नीचे ओ दे नीचे रानो को हेल्प कर दी शूट ते कर रानो इज टू मच नाराजगी तो पता नहीं चलो गला में तेरा सर पता नहीं रेमना डाल काली है तेरे काली काली मधुआ चल मैं ता मित्र कई बार दाल फड़ाउंदी भी देखी आ मैनू ये नहीं समझ आउंदी दाले काली आ कि तेरी घर वाली चल भाई यार मैं फुदू हां सेल च लेऊंगा 70-70 रुपये आ देख लगदी भाभी सी नहीं तेनू पता ही है फिर चक पल्ली मिनट लाने कर नू भाई।